ਅੱਜ ਜਿਸ ਜਗ੍ਹਾ ਨੂੰ ਵਿਜ਼ਿਟ ਕਰਨ ਜਾ ਰਹੇ ਸੀ, ਦੇਖਣ ਜਾ ਰਹੇ ਸੀ, ਉਸ ਜਗ੍ਹਾ 'ਤੇ ਜਾਂਦੇ ਹੋਏ ਰਸਤੇ ਦੇ ਵਿੱਚ ਆਪਣਾ ਹੋ ਗਿਆ ਆ ਟਾਇਰ ਪੈਂਚਰ ਮੋਟਰਸਾਈਕਲ ਦਾ। ਇਹ ਆ ਘੱਗਰ ਸਰਾਏ ਨਾਂ ਦੀ ਜਗ੍ਹਾ ਜੀ, ਚਿੱਟੀ ਰੋਡ ਦੇ ਉੱਤੇ ਪੈਂਦਾ ਘੱਗਰ ਸਰਾਏ। ਉਸ ਜਗ੍ਹਾ ਮੋਟਰਸਾਈਕਲ ਹੋ ਗਿਆ ਪੈਂਚਰ ਆਪਣਾ, ਮੋਟਰਸਾਈਕਲ ਨੂੰ ਲਵਾਉਂਦੇ ਹਾਂ ਪੈਂਚਰ ਅਤੇ ਫਿਰ ਚੱਲਦੇ ਹਾਂ ਆਪਾਂ ਅੱਗੇ ਨੂੰ। ਉੱਚਾ ਦਰ ਬਾਬੇ ਨਾਨਕ ਦਾ, ਸਤਿ ਸ਼੍ਰੀ ਅਕਾਲ। ਮੈਂ ਪ੍ਰਿੰਸਦੀਪ ਸਿੰਘ, ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਦੇ ਉੱਤੇ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਜੀ। ਅੱਜ ਆਪਾਂ ਜਿਸ ਸਥਾਨ ਨੂੰ, ਜਿਸ ਜਗ੍ਹਾ ਨੂੰ ਘੁੰਮਣ ਆਏ ਹਾਂ ਜੀ, ਜਿਹੜਾ ਆਪਣਾ ਕਿਸਾਨੀ ਮੋਰਚਾ ਲੱਗਿਆ ਹੋਇਆ ਆ ਸ਼ੰਭੂ ਬਾਰਡਰ ਦੇ ਉੱਤੇ ਜੀ, ਉਹਦੇ ਨਾਲ ਜੀ ਇਹ ਬਹੁਤ ਸੋਹਣਾ ਅਤੇ ਵੱਡਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਤੇ ਅਸਥਾਨ ਬਣਿਆ ਹੋਇਆ ਜੀ। ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਜੀ। ਆ ਜਾਓ ਆਪਾਂ ਸਾਰੇ ਜਣੇ ਰਲ ਮਿਲ ਕੇ ਅੱਜ ਇਸ ਸਥਾਨ 'ਤੇ, ਇਸ ਜਗ੍ਹਾ ਦੇ ਦਰਸ਼ਨ ਕਰਦੇ ਹਾਂ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨਾਲ ਜ਼ਰੂਰ ਕਰਿਓ ਜੀ। ਆਓ ਚਲੀਏ ਜੀ, ਹੁਣ ਆਪਾਂ ਇਸ ਮਿਊਜ਼ੀਅਮ ਦੇ ਦਰਸ਼ਨ ਕਰੀਏ। ਇਸ ਮਿਊਜ਼ੀਅਮ ਦਾ ਨਾਮ ਹੈ ਉੱਚਾ ਦਰ ਬਾਬੇ ਨਾਨਕ ਦਾ। ਬਹੁਤ ਹੀ ਸੋਹਣਾ ਇਹ ਮਿਊਜ਼ੀਅਮ ਬਣਿਆ ਹੋਇਆ, ਤੁਸੀਂ ਵੀਡੀਓ ਦੇ ਵਿੱਚ ਅੱਗੇ ਦੇਖੋਗੇ, ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ। ਅਤੇ ਇਸ ਦੀ ਟਿਕਟ ਪ੍ਰਾਈਜ਼ ਦੀ ਅਗਰ ਗੱਲ ਕਰੀਏ ਤਾਂ 200 ਰੁਪਇਆ ਪਰ ਪਰਸਨ ਪਰ ਹੈੱਡ ਦੇ ਅਕੋਰਡਿੰਗ ਇੱਥੇ ਟਿਕਟ ਲਈ ਜਾਂਦੀ ਹੈ ਜੀ, ਟਿਕਟ ਆਪਾਂ ਲੈ ਸਕਦੇ ਹਾਂ। ਅਗਰ ਮਿਊਜ਼ੀਅਮ ਦੀ ਟਾਈਮਿੰਗ ਦੀ ਗੱਲ ਕਰੀਏ ਤਾਂ ਸਵੇਰ ਦੇ 10 ਵਜੇ ਓਪਨ ਹੋ ਜਾਂਦਾ ਅਤੇ ਸ਼ਾਮ 5 ਵਜੇ ਇਹ ਬੰਦ ਹੋ ਜਾਂਦਾ ਜੀ। ਹੁਣ ਆਪਾਂ ਹੈਗੇ ਹਾਂ ਰਿਸੈਪਸ਼ਨ ਦੇ ਵਿੱਚ, ਇਸ ਰਿਸੈਪਸ਼ਨ ਤੋਂ ਹੀ ਆਪਾਂ ਟਿਕਟ ਲੈ ਸਕਦੇ ਹਾਂ ਅਤੇ ਜਿਹੜੀ ਆਪਣੇ ਸਮਾਨ ਦੀ ਚੈਕਿੰਗ ਵੀ ਇਸੇ ਰਿਸੈਪਸ਼ਨ ਦੇ ਉੱਪਰ ਹੁੰਦੀ ਹੈ ਜੀ। ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ। ਅਤੇ ਇਹ ਆ ਜੀ ਗਠੜੀ ਘਰ, ਜਿਵੇਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਗਠੜੀ ਘਰ ਬਣਿਆ ਹੁੰਦਾ, ਇਸ ਜਗ੍ਹਾ ਵੀ ਗਠੜੀ ਘਰ ਆ ਜੀ। ਕਲੋਕ ਰੂਮ ਆ ਜੀ, ਜਿਸ ਜਗ੍ਹਾ ਆਪਾਂ ਆਪਣਾ ਬੈਗ ਜਮ੍ਹਾਂ ਕਰਵਾ ਸਕਦੇ ਹਾਂ ਜੀ। ਬੈਗ ਜਮ੍ਹਾਂ ਕਰਵਾ ਕੇ ਜੀ ਆਪਾਂ ਚੱਲਦੇ ਹਾਂ ਹੁਣ ਅੰਦਰ ਨੂੰ ਜੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ 'ਤੇ ਬਾਬੇ ਨਾਨਕ ਦੀ ਬੈਠਕ ਬਣੀ ਹੋਈ ਆ ਜੀ, ਆਪਾਂ ਉਸ ਬੈਠਕ ਨੂੰ ਦੇਖਦੇ ਹਾਂ, ਦਰਸ਼ਨ ਕਰਦੇ ਹਾਂ ਜੀ। ਅਤੇ ਕੁਛ ਜਗ੍ਹਾ ਦੇ ਉੱਤੇ ਮੋਬਾਈਲ ਅਲਾਊਡ ਆ ਜੀ, ਅਤੇ ਜਦੋਂ ਆਪਾਂ ਮਿਊਜ਼ੀਅਮ ਦੇ ਵਿੱਚ ਐਂਟਰ ਹੁੰਦੇ ਹਾਂ, ਅਜਾਇਬ ਘਰ ਦੇ ਵਿੱਚ ਐਂਟਰ ਹੁੰਦੇ ਹਾਂ, ਤਾਂ ਉਸ ਜਗ੍ਹਾ ਮੋਬਾਈਲ ਅਲਾਊਡ ਨਹੀਂ ਹੈਗਾ ਜੀ। ਜਿੱਥੇ ਤੱਕ ਹੋ ਸਕਿਆ ਆਪਾਂ ਵੀਡੀਓ ਬਣਾਵਾਂਗੇ ਜੀ, ਬਣੇ ਰਹੋ ਪੂਰੀ ਵੀਡੀਓ ਦੇਣ ਤੱਕ ਸਾਡੇ ਨਾਲ ਜੀ। ਧੰਨ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਜਿਹੜੀ ਬੈਠਕ ਬਣੀ ਹੋਈ ਆ ਜੀ, ਉੱਪਰਲੀ ਸਾਈਡ ਆ ਜੀ, ਪੌੜੀਆਂ ਵੀ ਬਣੀਆਂ ਹੋਈਆਂ ਨੇ ਅਤੇ ਲਿਫਟ ਰਾਹੀਂ ਆਪਾਂ ਚੱਲਦੇ ਹਾਂ ਉੱਪਰ ਨੂੰ ਜੀ। ਇਸ ਮਿਊਜ਼ੀਅਮ ਦੀ ਓਪਨਿੰਗ ਤੋਂ ਤਕਰੀਬਨ ਜੀ 1 ਮਹੀਨਾ ਬਾਅਦ ਸਰਦਾਰ ਜੋਗਿੰਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਜੀ। 4 ਅਗਸਤ 2024 ਨੂੰ ਸਰਦਾਰ ਜੋਗਿੰਦਰ ਸਿੰਘ ਜੀ ਦੀ ਡੈੱਥ ਹੋਈ ਸੀ ਜੀ। ਜਿਹੜਾ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਸੀ ਉਹ ਵੀ ਇਸੇ ਹਾਲ ਦੇ ਵਿੱਚ ਹੋਇਆ ਸੀ ਜੀ। ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਇਹ ਹਾਲ ਬਣਿਆ ਹੋਇਆ ਜੀ। ਸਰਦਾਰ ਜੋਗਿੰਦਰ ਸਿੰਘ ਜੀ ਦੀ ਇਹ ਸੋਚ ਸੀ ਜੀ ਵੀ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸੋਚ ਆ ਉਹਨੂੰ ਜੀ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਜਾਵੇ ਜੀ। ਉਹ ਚਾਹੁੰਦੇ ਸਨ ਦਿੱਲੀ, ਮੁੰਬਈ, ਕਲਕੱਤਾ, ਮਦਰਾਸ, ਕਾਨਪੁਰ, ਇੰਗਲੈਂਡ, ਅਮਰੀਕਾ, ਕੈਨੇਡਾ, ਇਟਲੀ, ਸਿੰਗਾਪੁਰ ਵਰਗੇ ਵੱਡੇ ਦੇਸ਼ਾਂ ਦੇ ਵਿੱਚ ਵੀ ਇੱਦਾਂ ਦੇ ਮਿਊਜ਼ੀਅਮ ਬਣਨ ਜੀ, ਉੱਚਾ ਦਰ ਬਾਬੇ ਨਾਨਕ ਦੇ ਨਾਮ ਥੱਲੇ ਜੀ ਇਹ ਮਿਊਜ਼ੀਅਮ ਬਣਨ ਜੀ। ਤੁਸੀਂ ਦੇਖ ਸਕਦੇ ਹੋ ਇਹ ਬਹੁਤ ਵੱਡਾ ਹਾਲ ਆ ਜੀ। ਜੇਕਰ ਤੁਸੀਂ ਰੈਂਟ ਦੇ ਉੱਤੇ ਇਹ ਹਾਲ ਲੈਣਾ ਹੋਵੇ, ਇਸ ਹਾਲ ਦੇ ਮੁਤਾਬਕ ਕੋਈ ਫੰਕਸ਼ਨ ਵਗੈਰਾ ਕਰਨਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਜੀ। ਸ਼ੰਭੂ ਤੋਂ ਜੀ ਇਸ ਮਿਊਜ਼ੀਅਮ ਦੀ ਦੂਰੀ ਜੀ ਤਕਰੀਬਨ 2 ਕਿਲੋਮੀਟਰ ਆ, ਆਸਾਨੀ ਨਾਲ ਤੁਸੀਂ ਇਸ ਮਿਊਜ਼ੀਅਮ ਦੇ ਵਿੱਚ ਪਹੁੰਚ ਸਕਦੇ ਹੋ ਜੀ। ਆਪਾਂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਤੇ ਬਣੀ ਹੋਈ ਬਾਬੇ ਨਾਨਕ ਦੀ ਬੈਠਕ ਨੂੰ ਦੇਖ ਲਿਆ ਆ, ਵਿਜ਼ਿਟ ਕਰ ਲਿਆ ਆ ਜੀ। ਇਸ ਜਗ੍ਹਾ ਦੇ ਉੱਤੇ ਇੱਕ ਜੁਗਨੀ ਨਾਮ ਦੀ ਜਗ੍ਹਾ ਬਣੀ ਹੋਈ ਆ ਜੀ। ਕੀ ਆ ਉਹਦੇ ਵਿੱਚ ਕੀ ਕੁਝ ਖਾਸ ਆ ਜੀ, ਆਪਾਂ ਚੱਲ ਕੇ ਅੰਦਰ ਤੋਂ ਦੇਖਦੇ ਹਾਂ ਜੀ।
ਅਤੇ ਇਹ ਇੱਕ ਬਹੁਤ ਵੱਡੀ ਪਾਰਕ ਆ ਜੀ, ਲੌਨ ਬਣਿਆ ਹੋਇਆ ਆ, ਸਰਦੀਆਂ ਦੇ ਵਿੱਚ ਤੁਸੀਂ ਬੈਠ ਸਕਦੇ ਹੋ, ਕੁਛ ਦੇਰ ਆਰਾਮ ਕਰ ਸਕਦੇ ਹੋ ਜੀ। ਸਾਹਮਣੇ ਬਣਿਆ ਹੋਇਆ ਅਜਾਇਬ ਘਰ ਜੀ, ਉਹ ਵੀ ਆਪਾਂ ਚੱਲ ਕੇ ਦੇਖਦੇ ਹਾਂ। ਪਹਿਲਾਂ ਜੀ ਆਪਾਂ ਇਸ ਆਫਿਸ ਨੂੰ ਵਿਜ਼ਿਟ ਕਰਦੇ ਹਾਂ ਜੀ, ਜੁਗਨੀ ਜਾਣ ਦੀ ਏ। ਆਓ ਚੱਲਦੇ ਹਾਂ ਆਪਾਂ ਅੰਦਰ ਨੂੰ ਜੀ। ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਸਰਦਾਰ ਜੋਗਿੰਦਰ ਸਿੰਘ ਜੀ ਦਾ ਬਹੁਤ ਵੱਡਾ ਇਹ ਉਪਰਾਲਾ ਆ ਜੀ, ਜਿਹੜਾ ਇਹ ਮਿਊਜ਼ੀਅਮ ਬਣਾਇਆ ਆ ਜੀ। ਇਸ ਜਗ੍ਹਾ ਤੋਂ ਸ਼ੁਰੂਆਤ ਹੁੰਦੀ ਆ ਜੀ, ਜਿਹੜੀਆਂ ਮੂਵੀਜ਼, ਜਿਹੜੀਆਂ ਫਿਲਮਾਂ ਦਿਖਾਈਆਂ ਜਾਂਦੀਆਂ ਨੇ ਜੀ, ਬਾਕੀ ਫਿਲਮਾਂ ਅੱਗੇ ਦਿਖਾਈਆਂ ਜਾਂਦੀਆਂ ਨੇ ਜੀ। ਬਹੁਤ ਸੋਹਣਾ ਅਤੇ ਵੱਡਾ ਜੀ ਇਹ ਅਸਥਾਨ, ਇਹ ਮਿਊਜ਼ੀਅਮ ਬਣਿਆ ਹੋਇਆ ਜੀ। ਵੀਹ ਲੱਖ ਜਾਂ ਵੱਧ ਦੀ ਰਕਮ ਜਿਨ੍ਹਾਂ ਪਾਠਕਾਂ ਨੇ ਉਸਾਰੀ ਲਈ ਦਾਨ ਵਜੋਂ ਦਿੱਤੀ ਆ ਜੀ, ਇਹ ਉਹਨਾਂ ਦੀਆਂ ਤਸਵੀਰਾਂ ਜੀ ਇਸ ਹਾਲ ਦੇ ਵਿੱਚ ਲਗਾਈਆਂ ਗਈਆਂ ਨੇ ਜੀ, ਤੁਸੀਂ ਪੜ੍ਹ ਸਕਦੇ ਹੋ ਸਕਰੀਨ ਦੇ ਉੱਤੇ। 5 ਲੱਖ ਜਾਂ ਵੱਧ ਦੀ ਰਕਮ ਜਿਨ੍ਹਾਂ ਪਾਠਕਾਂ ਨੇ ਉਸਾਰੀ ਲਈ ਦਾਨ ਵਜੋਂ ਦਿੱਤੀ ਜੀ, ਇਹ ਫੋਟੋਆਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੀ। ਵੀਡੀਓ ਨੂੰ ਰੋਕ ਕੇ ਤੁਸੀਂ ਪੜ੍ਹ ਸਕਦੇ ਹੋ ਜੀ, ਉੱਚਾ ਦਰ ਬਾਬੇ ਨਾਨਕ ਦਾ ਮਾਲਕ ਕੌਣ। ਤੁਸੀਂ ਪੜ੍ਹ ਸਕਦੇ ਹੋ, ਕੋਈ ਕੰਪਨੀ ਨਹੀਂ, ਕੋਈ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਨਹੀਂ, ਕੋਈ ਅਮੀਰ ਵਿਅਕਤੀ ਨਹੀਂ। ਤੁਸੀਂ ਪੜ੍ਹ ਸਕਦੇ ਹੋ ਸਕਰੀਨ ਦੇ ਉੱਤੇ ਜੀ। ਜਿਨ੍ਹਾਂ ਪਾਠਕਾਂ ਪ੍ਰੇਮੀਆਂ ਨੇ ਬ੍ਰਾਂਡ ਲੈ ਕੇ ਰਕਮਾਂ ਵਿਆਜ 'ਤੇ ਲਾਈਆਂ ਸੀ, ਪਰ ਬ੍ਰਾਂਡ ਵਾਪਸ ਕਰਕੇ ਪੂਰੀ ਰਕਮ ਉੱਚਾ ਦਰ ਨੂੰ ਮੁਕੰਮਲ ਕਰਨ ਲਈ ਦਾਨ ਵਜੋਂ ਦੇ ਦਿੱਤੀ ਜੀ, ਉਹਨਾਂ ਦੇ ਨਾਮ ਲਿਖੇ ਹੋਏ ਨੇ। ਤੁਸੀਂ ਵੀਡੀਓ ਨੂੰ ਰੋਕ ਕੇ ਪੜ੍ਹ ਸਕਦੇ ਹੋ ਜੀ। ₹100 ਐਂਟਰੀ ਫੀਸ ਆ ਜੀ ਇਸ ਮਿਊਜ਼ੀਅਮ ਨੂੰ ਘੁੰਮਣ ਦੀ ਜੀ, ਉਹ ਇਸ ਜਗ੍ਹਾ ਹੀ ਜਮ੍ਹਾਂ ਕਰਵਾਈ ਜਾਂਦੀ ਆ ਜੀ। ਇੱਕ ਗੱਲ ਆਪਾਂ ਉਰੇ ਹੋਰ ਕਰਦੇ ਹਾਂ, ਜੇਕਰ ਤੁਸੀਂ ਲਾਈਫ ਮੈਂਬਰ ਬਣਨਾ ਹੋਵੇ, ਸ਼ੇਅਰ ਹੋਲਡਰ ਬਣਨਾ ਹੋਵੇ ਇਸ ਸੰਸਥਾ ਦਾ ਜੀ, ਇਸ ਜਗ੍ਹਾ ਦਾ, ਤਾਂ ਤਕਰੀਬਨ 2 ਲੱਖ ਰੁਪਈਆ ਕੀਮਤ ਆ ਜੀ ਉਹਦੀ। 2 ਲੱਖ ਰੁਪਈਆ ਭਰ ਕੇ ਜੀ ਤੁਸੀਂ ਪੱਕੇ ਸ਼ੇਅਰ ਹੋਲਡਰ, ਪੱਕੇ ਮੈਂਬਰ ਜੀ ਇਸ ਸੰਸਥਾ ਦੇ ਜੀ ਬਣ ਸਕਦੇ ਹੋ ਜੀ। ਇਹ ਟੈਗ ਨੇ ਜੀ, ਇਹ ਜਦੋਂ ਤੁਸੀਂ ਆਪਾਂ ਵਿਜ਼ਿਟ ਕਰਨ ਆਉਂਦੇ ਹਾਂ ਉਰੇ ਜੀ, ਤਾਂ ਟੈਗ ਇਹ ਆਪਾਂ ਨੂੰ ਉਰੇ ਗਲੇ ਦੇ ਵਿੱਚ ਪਾਉਣਾ ਪੈਂਦਾ ਆ ਜੀ। ਇਹ ਟੈਗ ਆਪਾਂ ਇਸ ਜਗ੍ਹਾ ਤੋਂ ਲੈ ਸਕਦੇ ਹਾਂ ਜੀ, ₹200 ਐਂਟਰੀ ਫੀਸ ਭਰ ਕੇ ਜੀ। ਜਿਹੜੀ ਇਹ ਜਗ੍ਹਾ ਹੈ ਜੀ, ਜਿਹੜਾ ਇਹ ਅਸਥਾਨ ਆ, ਇਹ ਮਿਊਜ਼ੀਅਮ ਬਣਿਆ ਹੋਇਆ ਪਿੰਡ ਬਪਰੌਰ ਦੀ ਜ਼ਮੀਨ ਦੇ ਵਿੱਚ ਬਣਿਆ ਹੋਇਆ ਜੀ। ਤਕਰੀਬਨ ਜੀ 20 ਕਿੱਲਿਆਂ ਦੇ ਵਿੱਚ ਇਹ ਜਗ੍ਹਾ ਜੀ, ਇਹ ਅਸਥਾਨ ਬਣਾਇਆ ਹੋਇਆ ਆ ਜੀ। ਭਾਈ ਜੋਗਿੰਦਰ ਸਿੰਘ ਜੀ ਦਾ ਬਹੁਤ ਵੱਡਾ ਉਪਰਾਲਾ ਆ ਜੀ, ਜਿਹੜਾ ਉਹਨਾਂ ਨੇ ਜੀ ਇਸ ਜਗ੍ਹਾ ਦੇ ਉੱਤੇ ਜਿੱਟੀ ਰੋਡ ਦੇ ਉੱਤੇ ਜੀ ਇਹ ਅਸਥਾਨ ਬਣਾਇਆ ਜੀ। ਮੌਕਾ ਲੱਗਿਆ ਤਾਂ ਇੱਕ ਵਾਰ ਜ਼ਰੂਰ ਜੀ ਇਸ ਅਸਥਾਨ ਦੇ ਦਰਸ਼ਨ ਕਰਨ ਆਇਓ ਜੀ। ਅਤੇ ਵੱਡੀ ਪਾਰਕ ਬਣੀ ਹੋਈ ਆ ਜੀ ਇਸ ਮਿਊਜ਼ੀਅਮ ਦੇ ਵਿੱਚ, ਇਸ ਅਜਾਇਬ ਘਰ ਦੇ ਵਿੱਚ ਜੀ। ਕਦੇ ਮੌਕਾ ਲੱਗਿਆ ਇਸ ਰੋਡ ਤੋਂ ਲੰਘੇ ਤਾਂ ਜ਼ਰੂਰ ਜੀ ਇਸ ਮਿਊਜ਼ੀਅਮ ਦੇ ਉੱਚਾ ਦਰ ਬਾਬੇ ਨਾਨਕ ਜੀ ਦੇ ਦਰਸ਼ਨ ਜ਼ਰੂਰ ਕਰਿਓ ਜੀ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਨਾਲ ਸੰਬੰਧਿਤ ਜੀ ਇਸ ਜਗ੍ਹਾ ਜੀ ਡਾਕੂਮੈਂਟਰੀਜ਼ ਮੂਵੀ ਦੇ ਜ਼ਰੀਏ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਨੂੰ ਦਰਸਾਇਆ ਗਿਆ ਹੈ ਜੀ, ਦਿਖਾਇਆ ਗਿਆ ਆ। ਬੱਚੇ ਬਹੁਤ ਆਸਾਨੀ ਨਾਲ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਸਮਝ ਸਕਦੇ ਨੇ ਜੀ। ਬਹੁਤ ਸੋਹਣੀ ਅਤੇ ਵੱਡੀ ਇਹ ਜਗ੍ਹਾ ਬਣੀ ਹੋਈ ਆ ਜੀ। ਜ਼ਿੰਦਗੀ 'ਚ ਮੌਕਾ ਲੱਗਿਆ ਤਾਂ ਜ਼ਰੂਰ ਜੀ ਇੱਕ ਵਾਰ ਇਸ ਅਸਥਾਨ ਦੇ, ਇਸ ਜਗ੍ਹਾ ਦੇ ਦਰਸ਼ਨ ਕਰਿਓ ਜੀ।
ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਓ ਜੀ। ਜਿਹੜਾ ਆਪਣਾ ਜੀ ਅਜਾਇਬ ਘਰ ਆ, ਆਪਾਂ ਉਹਦੇ ਪਿਛਲੇ ਪਾਸੇ ਆ ਗਏ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਬਹੁਤ ਜ਼ਿਆਦਾ ਹਰਿਆਲੀ ਆ ਜੀ, ਵੱਡੇ ਵੱਡੇ ਰੁੱਖ ਲੱਗੇ ਹੋਏ ਨੇ ਇਸ ਜਗ੍ਹਾ ਦੇ ਉੱਤੇ ਜੀ। ਤੁਸੀਂ ਯਕੀਨ ਮੰਨਿਓ ਬਹੁਤ ਸੋਹਣਾ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਨੂੰ ਸਮਰਪਿਤ ਜੀ ਆਪਾਂ ਕਹਿ ਸਕਦੇ ਹਾਂ ਇਹ ਸਥਾਨ, ਇਹ ਜਗ੍ਹਾ ਜੀ, ਇਹ ਅਜਾਇਬ ਘਰ ਬਣਿਆ ਹੋਇਆ ਜੀ। ਬਹੁਤ ਵੱਡਾ ਆ ਜੀ ਇਹ ਅਜਾਇਬ ਘਰ, ਚਾਰੇ ਪਾਸੇ ਹਰਿਆਲੀ ਆ ਜੀ। ਭਾਈ ਲਾਲੋ ਜੀ ਦੇ ਨਾਮ ਦੇ ਉੱਤੇ ਜੀ ਇਹ ਬਹੁਤ ਸੋਹਣੀ ਬਗੀਚੀ ਬਣੀ ਹੋਈ ਆ ਜੀ, ਦੇਖ ਸਕਦੇ ਹਾਂ ਆਪਾਂ ਆਪਣੀ ਸਕਰੀਨ ਦੇ ਉੱਤੇ। ਬਹੁਤ ਵੱਡੇ ਏਰੀਏ ਦੇ ਵਿੱਚ ਜੀ ਇਹ ਬਗੀਚੀ ਬਣੀ ਹੋਈ ਆ ਜੀ, ਆਪਾਂ ਦੇਖ ਸਕਦੇ ਹਾਂ ਜੀ ਅਮਰੂਦ ਲੱਗੇ ਨੇ, ਅੰਬ ਲੱਗੇ ਹੋਏ ਨੇ, ਆਪਾਂ ਦੇਖ ਸਕਦੇ ਹਾਂ ਚੀਕੂ ਲੱਗੇ ਹੋਏ ਨੇ, ਪਰਲੇ ਪਾਸੇ ਨੂੰ ਆੜੂਆਂ ਦੇ ਰੁੱਖ ਲੱਗੇ ਹੋਏ ਨੇ ਜੀ। ਬਹੁਤ ਸੋਹਣੀ ਜੀ ਇਹ ਬਗੀਚੀ ਜੀ ਭਾਈ ਲਾਲੋ ਜੀ ਦੇ ਨਾਮ ਦੇ ਉੱਤੇ ਬਣੀ ਹੋਈ ਆ ਜੀ। ਫਲ ਅਤੇ ਫੁੱਲ ਤੋੜਨਾ ਸਖਤ ਮਨਾ ਆ ਜੀ, ਅਸੀਂ ਹਰ ਇੱਕ ਜਗ੍ਹਾ ਇਹੀ ਗੱਲ ਕਹਿੰਦੇ ਹਾਂ ਜੀ, ਜਿਹੜੀ ਪ੍ਰਬੰਧਕ ਕਮੇਟੀ ਹਦਾਇਤ ਕਰਦੀ ਆ ਆਪਣਾ ਫਰਜ਼ ਬਣਦਾ ਜੀ ਉਹਨੂੰ ਮੰਨਣਾ ਜੀ, ਉਹਨੂੰ ਫੋਲੋ ਕਰਨਾ ਜੀ। ਇਹ ਹੋ ਗਏ ਆਪਾਂ ਅੰਦਰ ਐਂਟਰ ਜੀ, ਆਪਾਂ ਸਾਰੇ ਜਾਣਦੇ ਹਾਂ ਜਿਹੜੇ ਭਾਈ ਲਾਲੋ ਜੀ ਸੀਗੇ ਜੀ ਇਹ ਮਿਸਤਰੀ ਦਾ ਕੰਮ ਕਰਦੇ ਸੀ, ਤਰਖਾਣ ਸੀਗੇ ਜੀ ਇਹ, ਆਪਾਂ ਸਕਰੀਨ ਦੇ ਉੱਤੇ ਉਹਨਾਂ ਦੀ ਤਸਵੀਰ ਦੇਖ ਸਕਦੇ ਹਾਂ ਜੀ। ਅਤੇ ਇਹ ਜਿਹੜੇ ਔਜ਼ਾਰ ਨੇ ਜੀ ਆਪਾਂ ਦੇਖ ਸਕਦੇ ਹਾਂ ਸਕਰੀਨ ਦੇ ਉੱਤੇ, ਲੱਕੜ ਦੇ ਜਿਹੜਾ ਕੰਮ ਕਰਦੇ ਨੇ ਵਰਤੋਂ ਦੇ ਵਿੱਚ ਆਉਂਦੇ ਨੇ, ਆਰੀ ਆ, ਰੰਦਾ ਆ ਜੀ, ਆਪਾਂ ਦੇਖ ਸਕਦੇ ਹਾਂ ਸਕਰੀਨ ਦੇ ਉੱਤੇ ਇਹ ਸਾਰੇ ਔਜ਼ਾਰ ਪਏ ਨੇ ਜੀ। ਇਹ ਮੰਜਾ ਲੱਗਿਆ ਹੋਇਆ ਜੀ, ਇਹ ਸਾਰੇ ਔਜ਼ਾਰ ਨੇ ਜੀ ਆਪਾਂ ਦੇਖ ਸਕਦੇ ਹਾਂ ਸਕਰੀਨ ਦੇ ਉੱਤੇ। ਯਾਨੀ ਜਿਹੜੀ ਵਰਤੋਂ ਉਸ ਵੇਲੇ ਹੁੰਦੀ ਸੀ ਚੀਜ਼ ਦੀ, ਜਿਵੇਂ ਚੱਕੀ ਆ, ਪੀੜ੍ਹੀ ਆ, ਚੁੱਲ੍ਹਾ ਆ, ਘੜਾ ਆ ਪਾਣੀ ਦਾ ਜੀ, ਆਪਾਂ ਉਸੇ ਤਰ੍ਹਾਂ ਜੀ ਇਸ ਚੀਜ਼ ਨੂੰ ਰੱਖਿਆ ਗਿਆ ਇਸ ਜਗ੍ਹਾ ਦੇ ਉੱਤੇ। ਇਹ ਜੋ ਪੁਰਾਣੇ ਸਮੇਂ ਦੇ ਵਿੱਚ ਪੱਖਾ ਹੁੰਦਾ ਸੀ ਘਰ ਦੇ ਵਿੱਚ ਲੱਗਿਆ ਹੋਇਆ ਜੀ, ਰੱਸੀ ਨਾਲ ਬੰਨੀ ਹੁੰਦੀ ਸੀ, ਇਹਨੂੰ ਆਪਾਂ ਹਿਲਾਉਂਦੇ ਰਹਿੰਦੇ ਸੀ ਅਤੇ ਹਵਾ ਲੱਗਦੀ ਸੀ। ਤੁਸੀਂ ਯਕੀਨ ਮੰਨਿਓ ਹੁਣ ਵੀ ਆਪਾਂ ਜਦੋਂ ਇਹਨੂੰ ਹਿਲਾਉਂਦੇ ਹਾਂ ਤਾਂ ਕਮਰੇ ਦੇ ਵਿੱਚ ਪੂਰੀ ਹਵਾ ਆਉਂਦੀ ਆ ਜੀ। ਬਹੁਤ ਸੋਹਣੀ ਜੀ ਇਹ ਜਗ੍ਹਾ ਜੀ ਭਾਈ ਲਾਲੋ ਜੀ ਨੂੰ ਸਮਰਪਿਤ ਜੀ ਇਸ ਜਗ੍ਹਾ ਜੀ ਇਸ ਸਥਾਨ ਦੇ ਉੱਤੇ ਬਣਾਈ ਹੋਈ ਆ। ਆਪਾਂ ਵਿਜ਼ਿਟ ਕਰ ਲਿਆ ਆ ਜੀ ਭਾਈ ਲਾਲੋ ਜੀ ਦੀ ਬਗੀਚੀ ਨੂੰ, ਦੇਖ ਲਿਆ ਆ ਜੀ ਜੋ ਕਿ ਬਹੁਤ ਹੀ ਸੋਹਣੀ ਬਣੀ ਹੋਈ ਆ ਜੀ। ਆ ਜਾਓ ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ ਜੀ, ਘਰੇਲੂ ਖੇਡਾਂ ਨੇ ਜੀ, ਸਪੋਰਟਸ ਆ ਜੀ ਇਸ ਜਗ੍ਹਾ ਦੇ ਉੱਤੇ, ਆਪਾਂ ਉਹਨੂੰ ਵੀ ਚੱਲ ਕੇ ਦੇਖਦੇ ਹਾਂ ਜੀ। ਇਹ ਨੈੱਟ ਲੱਗਿਆ ਹੋਇਆ ਜੀ, ਥੱਲੇ ਮੈਟ ਵਿਛਿਆ ਹੋਇਆ ਆ। ਸ਼ਾਮ ਨੂੰ ਕਿਹਾ ਜਾਂਦਾ ਵੀ ਇਸ ਜਗ੍ਹਾ ਬੱਚੇ ਆਉਂਦੇ ਨੇ ਜੀ, ਉਹ ਸਪੋਰਟਸ ਕਰਦੇ ਨੇ, ਖੇਡਦੇ ਨੇ ਜੀ। ਯਾਨੀ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਹੈ ਜੀ ਬੱਚਿਆਂ ਦੇ ਖੇਡਣ ਵਾਸਤੇ ਜੀ, ਆਪਾਂ ਦੇਖ ਸਕਦੇ ਹਾਂ ਸਕਰੀਨ ਦੇ ਉੱਤੇ ਜੀ। ਅੱਜ ਆਪਣੇ ਪੰਜਾਬ ਨੂੰ ਵੀ ਖੇਡਾਂ ਵੱਲ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਆ ਜੀ। ਇਹ ਸੰਸਥਾ ਵੱਲੋਂ ਜੀ ਬਹੁਤ ਵੱਡਾ ਉਪਰਾਲਾ ਆ ਜੀ, ਜਿਹੜੇ ਇਹ ਖੇਡਾਂ ਨੂੰ ਉਤਸ਼ਾਹਿਤ ਕਰ ਰਹੇ ਨੇ ਜੀ, ਪ੍ਰਮੋਟ ਕਰ ਰਹੇ ਨੇ ਜੀ। ਬਹੁਤ ਸੋਹਣੀ ਜੀ ਇਹ ਜਗ੍ਹਾ ਬਣੀ ਹੋਈ ਆ ਜੀ। ਇੱਕ ਹਾਲ ਆ ਜੀ ਆਪਾਂ ਦੇਖ ਸਕਦੇ ਹਾਂ ਆਪਣੀ ਸਕਰੀਨ ਦੇ ਉੱਤੇ ਜੀ, ਆਪਾਂ ਕੈਰਮ ਖੇਡਣੀ ਹੋਵੇ ਤਾਂ ਇਸ ਜਗ੍ਹਾ ਦੇ ਉੱਤੇ ਖੇਡ ਸਕਦੇ ਹਾਂ। ਬੱਚੇ ਆਉਂਦੇ ਨੇ ਸ਼ਾਮ ਵੇਲੇ ਜੀ, ਜਾਂ ਟਰੱਸਟੀ ਨੇ ਜਾਂ ਹੋਰ ਕਿਸੇ ਨੇ ਵੀ ਇਸ ਜਗ੍ਹਾ ਕੈਰਮ ਖੇਡਣੀ ਹੋਵੇ ਜਾਂ ਸਪੋਰਟਸ ਕੋਈ ਕਰਨੀ ਹੋਵੇ ਤਾਂ ਕਰ ਸਕਦਾ ਆ ਜੀ। ਬਹੁਤ ਸੋਹਣੀ ਇਹ ਜਗ੍ਹਾ ਬਣੀ ਹੋਈ ਆ ਜੀ, ਯਾਨੀ ਬਹੁਤ ਵੱਡਾ ਇਹ ਹਾਲ ਆ ਜੀ। ਇਹਦੇ ਵਿੱਚ ਘਰੇਲੂ ਖੇਡਾਂ ਆਪਾਂ ਪੜ੍ਹਿਆ ਸਕਰੀਨ ਦੇ ਉੱਤੇ, ਉਸੇ ਨਾਲ ਸੰਬੰਧਿਤ ਜੀ ਇਹ ਸਪੋਰਟਸ ਅਕੈਡਮੀ ਟਾਈਪ ਲਾ ਲਓ ਰੂਮ ਬਣੇ ਹੋਏ ਨੇ ਬਹੁਤ ਵੱਡੇ ਜੀ, ਜਿਸ ਜਗ੍ਹਾ ਆਪਾਂ ਸਪੋਰਟਸ ਕਰ ਸਕਦੇ ਹਾਂ ਜੀ, ਖੇਡਾਂ ਦਾ ਆਨੰਦ ਲੈ ਸਕਦੇ ਹਾਂ ਜੀ।
ਇਹ ਸਾਹਮਣੇ ਬਾਸਕਟਬਾਲ ਲਈ ਬਣਿਆ ਹੋਇਆ ਜੀ। ਆਪਾਂ ਦੇਖ ਸਕਦੇ ਆਪਣੀ ਸਕਰੀਨ ਦੇ ਉੱਤੇ ਜੀ, ਇਹ ਤੀਰ ਪਿਆ ਜੀ, ਤੀਰ ਕਮਾਨ ਕਰਦੇ ਨੇ, ਕਈ ਨਿਸ਼ਾਨੇਬਾਜ਼ੀ ਕਰਦੇ ਨੇ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨਾਲ ਜ਼ਰੂਰ ਕਰਿਓ ਜੀ। ਘਰੇਲੂ ਖੇਡਾਂ ਆਪਾਂ ਦੇਖ ਲਈਆਂ ਨੇ ਜੀ, ਇਹ ਆ ਜੀ ਸਟੋਰੀ ਔਫ ਫਿਲੋਸਫੀ, ਫਿਲੋਸਫੀ ਦੀ ਕਹਾਣੀ ਇਸ ਜਗ੍ਹਾ ਦਿਖਾਈ ਜਾਂਦੀ ਆ ਜੀ।